ਹੈਲੋ ਡੀਅਰ ਸਟੂਡੈਂਟਸ ਸਵਾਗਤ ਤੁਹਾਡਾ ਮੇਰੇ ਚੈਨਲ ਲੈਸਨਸ ਆਫ ਲਾਈਫ ਤੇ ਤੇ ਮੈਂ ਗੁਰਪ੍ਰੀਤ ਕੌਰ ਤਾਲੀਵਾਲ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਹਾਜ਼ਰ ਆਂ ਰਿਵੀਜ਼ਨ ਸੈਸ਼ਨ ਦੇ ਵਿੱਚ ਤੇ ਅਸੀਂ ਕਰ ਰਹੇ ਆ ਗ੍ਰਾਮਰ ਦੀ ਰਿਵੀਜ਼ਨ ਸੈਕਸ਼ਨ ਡੀ ਜਿਹਦੇ ਵਿੱਚ ਕੁਐਸਚਨ ਨੰਬਰ 29 ਟੂ 40 ਤੁਹਾਡੇ ਕੁਐਸਚਨ ਪੇਪਰ ਦੇ ਵਿੱਚ ਆਉਂਦੇ ਨੇ ਉਹਦੇ ਨਾਲ ਰਿਲੇਟਡ ਹੈ ਅੱਜ ਦੀ ਵੀਡੀਓ ਸੈਕਸ਼ਨ ਡੀ ਦੇ ਵਿੱਚ ਹੀ ਟ੍ਰਾਂਸਲੇਸ਼ਨ ਵੀ ਆਉਂਦੀ ਆ ਉਹ ਮੈਂ ਆਲਰੇਡੀ ਤੁਹਾਨੂੰ ਅਪਲੋਡ ਕਰ ਚੁੱਕੀ ਆ ਵੀਡੀਓ ਜੀ ਵਿੱਚ 25 ਤੋਂ ਲੈ ਕੇ 28 ਤੱਕ ਕੁਐਸ਼ਨਸ ਹੁੰਦੀ ਨੇ ਸੋ ਇਹ ਸੈਕੰਡ ਪਾਰਟ ਆ ਵੀਡੀਓ ਖਾਸ ਆ ਕਲਾਸ 8 ਦੇ ਸਟੂਡੈਂਟ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਦੀ ਸੋ ਆਪਾਂ ਕਰਦੇ ਆ ਵੀਡੀਓ ਸ਼ੁਰੂ ਆਈ ਹੋਪ ਕਿ ਐਂਡ ਤੱਕ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਕੇ ਇਸ ਐਗਜ਼ਾਮ ਦੀ ਚੰਗੀ ਤਰੀਕਾ ਨਾਲ ਪ੍ਰੈਪਰੇਸ਼ਨ ਕਰੋਗੇ ਸੋ ਚਲੋ ਚੱਲਦੇ ਆ ਆਪਾਂ ਆਪਣੇ ਰਿਵੀਜ਼ਨ ਮਟੀਰੀਅਲ ਤੇ ਹਾਂਜੀ ਬੇਟਾ ਇਹ ਦੇਖੋ ਇਹ ਆ ਗਿਆ ਸਟੱਡੀ ਮਟੀਰੀਅਲ ਫॉर ਰਿਵੀਜ਼ਨ ਆਪਾਂ ਨੂੰ ਇਹ ਕੱਲ ਪ੍ਰਾਪਤ ਹੋਇਆ ਠੀਕ ਟਰਮ ਬਨ ਲਈ ਸੈਕਸ਼ਨ ਡੀ ਲਈ ਜਿਹਦੇ ਵਿੱਚ ਟ੍ਰਾਂਸਲੇਸ਼ਨ ਗ੍ਰਾਮਰ ਐਂਡ ਕੰਪੋਜੀਸ਼ਨ ਸੋ ਇਸ ਵੀਡੀਓ ਦੇ ਵਿੱਚ ਸਿਰਫ ਗ੍ਰਾਮਰ ਔਰ ਕੰਪੋਜੀਸ਼ਨ ਵਾਲਾ ਪਾਰਟ ਆ ਜਿਹੜਾ ਆਪਾਂ ਉਹ ਸੋਲਵ ਕਰਾਂਗੇ ਸਾਰਿਆਂ ਨੂੰ ਪਹਿਲਾਂ ਬਹੁਤ ਬਹੁਤ ਧੰਨਵਾਦ ਪੜੋ ਪੰਜਾਬ ਤੇ ਪੜਾਓ ਪੰਜਾਬ ਦੀ ਟੀਮ ਦਾ ਜਿਹੜੇ ਸਾਡੇ ਲਈ ਇੰਨੀ ਮਿਹਨਤ ਕਰ ਰਹੇ ਨੇ ਠੀਕ ਸਾਡੇ ਲਈ ਇਹ ਜਿਹੜਾ ਮਟੀਰੀਅਲ ਪ੍ਰੋਵਾਈਡ ਕਰਾ ਰਹੇ ਨੇ ਤੇ ਮੈਂ ਵੀ ਪੂਰੀ ਆਪਣੀ ਤਰਫ ਤੋਂ ਮਿਹਨਤ ਕਰ ਰਹੀ ਆ ਇਹਨਾਂ ਨੂੰ ਸੋਲਵ ਕਰਕੇ ਤੁਹਾਡੇ ਨਾਲ ਸ਼ੇਅਰ ਕਰਨ ਦੀ ਇਹ ਸਾਰੀ ਮਿਹਨਤ ਦੇ ਪਿੱਛੇ ਇੱਕੋ ਹੀ ਚੀਜ਼ ਆ ਬੇਟਾ कि ਜਦੋਂ ਐਗਜ਼ਾਮ ਦੇ ਵਿੱਚ ਕੁਐਸਚਨ ਪੇਪਰ ਤੁਹਾਡੇ ਸਾਹਮਣੇ ਆਵੇ ਤੇ ਤੁਹਾਡੇ ਚਿਹਰੇ ਤੇ ਇੱਕ ਵੱਡੀ ਸਾਰੀ ਸਮਾਈਲ ਹੋਵੇ ਠੀਕ ਹੈ ਤੇ ਜਦੋਂ ਤੁਸੀਂ ਪੇਪਰ ਕਰਕੇ ਬਾਹਰ ਨਿਕਲੋ ਤੇ ਉਹ ਸਮਾਈਲ ਮੈਂ ਤੁਹਾਡੀ ਦੇਖ ਸਕਾਂ ਕਿ ਸਾਨੂੰ ਸਾਰਾ ਪੇਪਰ ਆਉਂਦਾ ਸੀ ਬਸ ਸਾਰੀ ਇਸ ਮਿਹਨਤ ਦੇ ਪਿੱਛੇ ਇਹੀ ਇੱਕ ਮੋਟਿਵੇਟ ਹੈ ਬਟਾ ਸੋ ਵੀਡੀਓ ਨੂੰ ਧਿਆਨ ਨਾਲ ਦੇਖਣਾ ਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਬਹੁਤ ਵਧੀਆ ਪੇਪਰ ਕਰਕੇ ਆਓਗੇ ਤੁਹਾਨੂੰ ਸਾਰਾ ਪੇਪਰ ਬਹੁਤ ਚੰਗੇ ਤਰੀਕੇ ਨਾਲ ਆਉਂਦਾ ਹੋ ਤੇ ਤੁਸੀਂ ਮੇਰਾ ਇਹ ਹੱਕ ਨਹੀਂ ਖੋਵੋਗੇ ਜਿਹੜਾ ਮੈਂ ਤੁਹਾਡੇ ਚਿਹਰੇ ਤੇ ਮੁਸਕਾਨ ਵੇਖਣਾ ਚਾਹਨੀ ਹਾਂ ਹੈਨਾ ਸੋ ਚਲੋ ਜੀ ਕਰਦੇ ਆ ਸ਼ੁਰੂ ਆਪਾਂ ਓਕੇ ਕੁਐਸਚਨ ਨੰਬਰ 29 ਠੀਕ 29 ਵਾਲੇ ਕੁਐਸਚਨ ਦੇ ਵਿੱਚ ਕੀ ਆ ਰੀਡ ਦਾ ਸੈਂਟੈਂਸ 기ਵਨ ਬਿਲੋ ਐਂਡ ਸਟੇਟ ਵਿਚ ਟਾਈਪ ਆਫ ਸੈਂਟੈਂਸ ਇਟ ਇਜ਼ ਓਕੇ ਇੱਥੇ ਸਾਨੂੰ ਸੈਂਟੈਂਸ ਦੀ ਟਾਈਪ ਪੁੱਛੀ ਗਈ ਆ ਬਟ ਇਹ ਲੈਸਨ ਬੰਦ ਦੇ ਵਿੱਚ ਹੀ ਨਾ ਜਿੱਥੇ ਐਕਟੀਵਿਟੀ 6 ਆ 7 ਆ 8 9 ਇਹਦੇ ਨਾਲ ਰਿਲੇਟਡ ਹੀ ਨੇ ਇੱਥੇ ਜਿਹੜੇ ਆ ਜਾਣਗੇ ਉਹ ਤਾਂ ਆਪਾਂ ਕਰਾਂਗੇ ਹੀ ਕਰਾਂਗੇ ਤੁਸੀਂ ਇਸ ਤੋਂ ਇਲਾਵਾ ਵੀ ਪੁਸਤ ਲੈਸਨ 1 ਦੀਆਂ 6 7 8 9 ਵਾਲੀ ਐਕਟੀਵਿਟੀਜ਼ ਜ਼ਰੂਰ ਵੇਖ ਲੈਣੀਆਂ ਨੇ ਅਗਰ ਇਹਨਾਂ ਦੇ ਵਿੱਚੋਂ ਕੋਈ ਨਹੀਂ ਆਉਂਦਾ ਤਾਂ ਉੱਥੋਂ ਨਾਲ ਵਾਲਾ ਕੋਈ ਆਊਗਾ ਠੀਕ ਹੈ ਸੋ ਫਰਸਟ ਕੁਐਸਚਨ ਆ ਸਾਡਾ ਲੀਵ ਥਿਸ ਪਲੇਸ ਸਾਨੂੰ ਪੁੱਛਿਆ ਗਿਆ ਕਿ ਇਸ ਟਾਈਪ ਦਾ ਸੈਂਟੈਂਸ ਆ ਇਹ ਸਾਡੇ ਕੋਲ ਚਾਰ ਆਪਸ਼ਨਸ ਅਵੇਲੇਬਲ ਨੇ ਸੋ ਧਿਆਨ ਨਾਲ ਦੇਖੋ ਕਿ ਇਹ ਅੰਟੈਰੋਗੇਟਿਵ ਸੈਂਟੈਂਸ ਆ ਕੋਈ ਕੁਐਸਚਨ ਮਾਰਕ ਨਹੀਂ ਲੱਗਿਆ ਹੋਇਆ ਨਾਓ ਤਾਂ ਫਿਰ ਕੀ ਐਸਰਟਿਵ ਆ ਨੋ it is imperative so c option ਆ ਪੈਨ ਲੈ ਲਈ ਆਪਾਂ ਮਾਰਕ ਕਰਦੇ ਆ ਨਾਲ ਦੀ ਨਾਲ ਦੇਖੋ ਪਾਈ ਲੋ ਫਿਰ ਹੁਣ ਆਪਾਂ ਛੋਟਾ ਪੈ ਲੈਨੇ ਹਨਾ so c option ਆ ਬਟਾ ਦਾ ਠੀਕ ਹੋ ਗਿਆ ਚਲੋ ਜੀ ਨੈਕਸਟ ਵਨ ਪੜੋ which part of speech does extremely belong to ਠੀਕ ਹੈ extremely ਜਿਹੜਾ ਵਰਡ ਆ ਕਿਹੜੇ ਪਾਰਟ ਆਫ ਸਪੀਚ ਨਾਲ ਬਿਲੋਂਗ ਕਰਦਾ ਪਾਰਟ ਆਫ ਸਪੀਚ ਵਾਲਾ ਕਿਹੜਾ ਸੈਕੰਡ ਲੈਸਨ ਚਾ ਐਕਟੀਵਿਟੀ ਨੰਬਰ 6 ਠੀਕ ਹੈ ਇੱਥੇ ਉੱਥੇ ਬਹੁਤ ਸਾਰੇ ਇਹ ਦਿੱਤੇ ਹੋਏ ਨੇ ਉਹਨਾਂ ਨੂੰ ਵੀ ਤੁਸੀਂ ਧਿਆਨ ਨਾਲ ਦੇਖ ਲੈਣਾ ਐਕਟੀਵਿਟੀ ਨੰਬਰ 6 ਨੂੰ ਲੈਸਨ ਨੰਬਰ 2 ਦੀ ਸੋ ਇੱਥੇ ਐਕਸਟ੍ਰੀਮਲੀ ਕੀ ਹੈ ਬਟਾ ਐਡਵਰਬ ਹੈ ਸੋ ਅਸੀਂ ਕੀ ਕਰਾਂਗੇ অপਸ਼ਨ ਡੀ ਤੇ ਟਿਕ ਲਓ ਜੀ ਹੁਣ ਆਪਾਂ ਅਗਲੇ ਤੇ ਚੱਲਦੇ ਹਾਂ ਫਿਲ ਇਨ ਦਾ ਬਲੈਂਕਸ ਵਿਦ ਅ ਸੂਟੇਬਲ ਡਿਟਰਮੀਨਰ ਓਕੇ ਡਿਟਰਮੀਨਰ ਕਿਹੜੇ ਲੈਸਨ ਚ ਨੇ ਲੈਸਨ ਨੰਬਰ 3 ਚ ਐਕਟੀਵਿਟੀ ਨੰਬਰ 6 ਐਂਡ 7 ਹੈ ਬਟਾ ਇਹਦੇ ਵਿੱਚ ਹੁਣ ਇੱਥੇ ਕੀ ਭਰਨਾ ਸੀ ਲੁੱਕ ਆਊਟ ਦਾ ਵਿੰਡੋ ਫਾਰ ਡੈਸ਼ ਮਿੰਟ ਇੱਥੇ ਆਨਸਰ ਆਉਣਾ ਏ ਫਾਰ ਅ ਮਿੰਟ ਓਕੇ ਲਓ ਜੀ ਫਿਰ ਕਿੱਥੇ ਆਏ ਸੀ ਆਪਸ਼ਨ ਆ ਇਟੈਲੋਟਿਕ ਨੈਕਸਟ ਰੀરાਇਟ ਦਾ ਫੋਲੋਇੰਗ ਸੈਂਟੈਂਸ ਆਫਟਰ ਕਰੈਕਟਿੰਗ ਇਟ ਇਹਨੂੰ ਕਰੈਕਟ ਕਰਕੇ ਤੁਸੀਂ ਲਿਖਣਾਗਾ ਹੈਨਾ ਸੋ ਫਿਰ ਦੇਖੋ ਤਾਂ ਕੀ ਹੈ ਦਾ ਆਇਰਨ ਇਜ਼ ਯੂਸਫੁਲ ਮੈਟਲ ਸੋ ਦਾ ਆਇਰਨ ਮੁਰੇ ਲਾਉਣ ਦੀ ਜ਼ਰੂਰਤ ਨਹੀਂ ਹੈਗੀ ਸੋ ਬੀ ਆਪਸ਼ਨ ਅਸੀਂ ਚੂਜ਼ ਕਰਾਂਗੇ ਦਾ ਰਾਈਟ ਆਨਸਰ ਆ ਜਿਹੜਾ ਇਹ ਹੈਗਾ ਆਇਰਨ ਇਜ਼ a uh, useful metal theek chalo ji next one gold is dash than silver dan lag gaya hoya thonu agge vi badi var dassya adjective parna dekho adjective de vich pehli positive degree hundi hai jehdi sirf ik bande di gall kardi hai jadon do de comparison da te utthe dan zarur lagya hunda ta fir assi comparative degree parni hundi hai means second one te fir hun second one wali itthe kehdi more expensive so assi choose karange more expensive than silver ਦਾ ਟੇਬਲ ਇਜ਼ ਦਾ ਆ ਦਾ ਲੱਗਿਆ ਹੋਇਆ ਦਾ ਦੱਸਦਾ ਸਾਨੂੰ ਸੁਪਰਲੇਟਿਵ ਡਿਗਰੀ ਲੱਗਣੀ ਆ ਸੋ ਦੇਖੋ ਇੱਥੇ ਸੁਪਰਲੇਟਿਵ ਕਿਹੜੀ ਆ ਡੀ ਚ ਹੀ ਪਈ ਆ ਨਾ ਬਿਗੇਸਟ ਈ ਐਸ ਟੀ ਵਾਲੀ ਸੁਪਰਲੇਟਿਵ ਹੁੰਦੀ ਆ ਔਰ ਈ ਈ ਆਰ ਵਾਲੀ ਕੰਪੈਰੇਟਿਵ ਹੁੰਦੀ ਆ ਸੋ ਇਹਦਾ 34th ਦਾ ਕੀ ਆਨਸਰ ਹੋ ਗਿਆ ਬਿਗੇਸਟ ਲਓ ਜੀ ਨੈਕਸਟ ਵਨ ਆ ਜੋ ਜੀ ਫਿਲ ਇਨ ਦਾ ਬਲੈਂਕਸ ਵਿਦ ਐਪਰੋਪ੍ਰੀਏਟ ਨਾਨ ਫਾਈਨਾਈਟ ਫਾਰਮ ਹੁਣ ਇੱਥੇ ਨਾਨ ਫਾਈਨਾਈਟ ਫਾਰਮ ਪਰ ਨਹੀਂ ਆ ਇਹ ਕਿੱਥੇ ਨੇ 6ਵੇਂ ਲੈਸਨ ਚ ਨੇ ਨਾਨ ਫਾਈਨਾਈਟ ਵਾਲੇ ਉਹਦੀਆਂ ਵੀ ਤੁਸੀਂ ਜਿਹੜੀ ਐਕਟੀਵਿਟੀ ਸੈਕੰਡ ਆ ਜਾਂ ਉਹ ਦੇਖ ਲੈਣੀਆਂ ਨੇ ਬੇਟਾ ਠੀਕ ਆ ਓਕੇ ਨੈਕਸਟ ਵਨ ਦੇਖਿਓ ਕੀ ਆ ਇਹਦਾ ਆਨਸਰ ਵੀ ਫੇਲਡ ਡੈਸ਼ ਦਾ ਟ੍ਰੇਨ ਟੂ ਕੈਚ ਦਾ ਟ੍ਰੇਨ ਇਹ ਆਪਸ਼ਨ ਚੂਜ਼ ਕਰਾਂਗੇ ਅਸੀਂ ਇਹ ਹੋ ਗਿਆ ਲਓ ਜੀ ਹੁਣ ਅੱਗੇ ਆਗੇ ਨੋਟਸ ਨਾਲ ਤੇ ਐਪਲੀਕੇਸ਼ਨ ਨਾਲ ਇਹ ਅਸੀਂ ਬੜੇ ਚੰਗੇ ਤਰੀਕੇ ਨਾਲ ਕੀਤੇ ਹੋਏ ਨੇ ਫਿਰ ਵੀ ਇੱਥੇ ਫਟਾਫਟ ਨਿਗਾਹ ਮਾਰ ਲਓ ਯੂ ਹੈਵ ਫਾਊਂਡ ਅ ਪਰਸ ਇਨ ਵਨ ਆਫ ਦਾ ਸਕੂਲ ਗਰਾਊਂਡ ਤਾਨੂੰ ਕੀ ਲੱਭਿਆਗਾ ਹੁਣ ਇੱਥੇ ਉਹਨਾਂ ਨੇ ਕੀ ਗੱਲ ਕਰੀਆ ਫਾਊਂਡ ਪਰਸ ਲੱਭਿਆਗਾ ਸੋ ਹੁਣ ਪਰਸ ਲੱਭੇ ਆਲਾ ਤੁਸੀਂ ਨੋਟਸ ਲਿਖਿਆ ਨੋਟਸ ਬੋਰਡ ਤੇ ਲਿਖ ਕੇ ਲਗਾਤਾ ਤੇ ਉਹਦੇ ਨਾਲ ਕੁਐਸਚਨਸ ਦੇਖੋ ਕਿਹੜੇ ਆ ਰਹੇ ਨੇ ਬਟ ਵੋਡ ਵੀ ਦਾ ਮੋਸਟ ਸੂਟੇਬਲ ਹੈਡਿੰਗ ਫਾਰ ਦਾ ਨੋਟਸ ਲਓ ਜੀ ਇਹ ਤਾਂ ਤੁਹਾਨੂੰ ਦੱਸਣ ਦੀ ਲੋੜ ਨਹੀਂ ਫਾਊਂਡ ਹੋਇਆ ਤਾਂ ਫਿਰ ਫਾਊਂਡ 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 ਹੋ ਗਿਆ ਜੇ ਕੋਸ ਲੌਸਟ ਹੋਇਆ ਤੇ ਲੌਸਟ 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 ਹੁੰਦਾ ਹੈ ਨਾ ਸੋ ਨੈਕਸਟ ਵਨ ਆ ਵਿਚ ਆਫ ਦਾ ਫੋਲੋਇੰਗ ਸੈਂਟੈਂਸਸਿਜ਼ sentences is not correct according to the according to this notes uppral notes the galhore here hai. Dekho. yesterday i lost my bag in the school premise. anybody who find the bag should contact the undersigned there is no need to give any kind of information about this bag the finder of the bag will be suitably rewarded ਹੁਣ ਜੇ ਆਪਾਂ ਧਿਆਨ ਨਾਲ ਉੱਪਰ ਨੋਟਿਸ ਪੜ੍ਹਿਆ ਤੁਹਾਨੂੰ ਪਤਾ ਲੱਗ ਗਿਆ ਹੁਣ ਉੱਥੇ ਤਾਂ ਫਾਊਂਡ ਵਾਲਾ ਨੋਟਿਸ ਆਇਆ ਹੋਇਆ ਪਰ ਇੱਥੇ ਜਿਹੜਾ ਇਹ ਕੁਐਸਚਨ ਆ ਸਾਰਾ ਲੋਸਟ ਵਾਲੇ ਨਾਲ ਆਇਆ ਹੋਇਆ ਹੈ ਨਾ ਸੋ ਇੱਥੇ ਕੁਐਸਚਨ ਗਲਤ ਆ ਪਰ ਆਪਾਂ ਇਹਦਾ ਆਨਸਰ ਤਾਂ ਕਰਨਾ ਨਾ ਅਗਰ ਤੁਹਾਨੂੰ ਉੱਥੇ ਆ ਜਾਂਦਾ ਸੋ ਇਹ ਲੋਸਟ ਵਾਲੇ ਉਹਦੇ ਨਾਲ ਆ ਸੋ ਜਦੋਂ ਲੋਸਟ ਵਾਲੇ ਦੇ ਅਕੋਰਡਿੰਗ ਦੇਖਦੇ ਆ ਅਸੀਂ ਤਾਂ ਇਹਦਾ ਸੀ ਆਨਸਰ ਆਊਗਾ ਇਹ ਇਨਕਰੈਕਟ ਆ ਠੀਕ ਆ ਬਾਕੀ ਸਾਰੀ ਇਨਫੋਰਮੇਸ਼ਨ ਸਹੀ ਆ ਠੀਕ ਲੋ ਜੀ ਨੈਕਸਟ ਵਨ ਚੱਲੀਏ ਲੈਟਰ ਨਾਲ ਰਿਲੇਟਡ ਆ ਗਿਆ ਲੈਟਰ ਟੂ ਯਰ ਫਰੈਂਡ ਟੈਲਿੰਗ ਹਿਮ ਵਾਈਟ ਇਟ ਇਜ਼ ਇੰਪੋਰਟੈਂਟ ਟੂ ਸਟਾਪ ਯੂジング ਸਿੰਗਲ ਯੂਜ਼ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਬਾਰੇ ਆ ਲੈਟਰ ਜਿਹੜੀ ਤੁਸੀਂ ਕੀਤੀ ਹੋਈ ਆ 38th ਕੁਐਸਚਨ ਉਹਦੇ ਨਾਲ ਆ ਹਾਊ ਊਡ ਯੂ ਵਿਗਨ ਦਾ ਬਾਡੀ ਆਫ ਦਾ ਲੈਟਰ ਤੁਸੀਂ ਲੈਟਰ ਦੀ ਬਾਡੀ ਕਿੱਦਾਂ ਸਟਾਰਟ ਕਰੋਗੇ ਤੁਸੀਂ ਆਪਣੇ ਦੋਸਤ ਨੂੰ ਲਿਖ ਰਹੇ ਹੋ ਓਕੇ ਸੋ ਹੁਣ ਦੇਖੋ ਕੀ ਆਪਸ਼ਨਸ ਦਿੱਤੀਆਂ ਨੇ ਮੈਟਰ ਆਫ ਗ੍ਰੇਵ ਮੈਟਰ ਆਫ ਗ੍ਰੇਟ ਮੈਟਰ ਆਫ ਆਈ ਏਮ ਹੈਪੀ ਪਲੀਜ਼ ਦਾ ਹੈਪੀ অর ਪਲੀਜ਼ ਖੁਸ਼ ਹੁੰਦਾ ਹੈ ਨਾ ਸੋ ਪਲੇਜ਼ਰ ਮੀਨਸ ਵੀ ਖੁਸ਼ ਹੁੰਦਾ ਸੋ ਇਹ ਵੀ ਨਹੀਂ ਆਣਾ ਸੋ ਜਦ ਸਿੰਗਲ ਯੂਜ਼ ਪਲਾਸਟਿਕ ਆ ਜਿਹੜਾ ਉਹ ਹਾਰਮਫੁਲ ਆ ਸੋ ਗੰਭੀਰ ਸਮੱਸਿਆ ਹੈ ਇੱਕ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਸੋ ਇਹ ਆਨਸਰ ਚੂਜ਼ ਕਰਾਂਗੇ ਅਸੀਂ ਠੀਕ ਬਟਾ ਦਾ ਓਕੇ 39th ਦਾ ਵਾਟ ਇਜ਼ ਦਾ ਮੋਟਿਵ ਆਫ ਰਾਈਟਿੰਗ ਦਿਸ ਲੈਟਰ ਇਸ ਲੈਟਰ ਦਾ ਲਿਖਣ ਦਾ ਮੋਟਿਵ ਕੀ ਆ ਕਿਉਂ ਲਿਖ ਰਹੇ ਹਾਂ ਅਸੀਂ ਸਟਾਪ ਯੂジング ਸਿੰਗਲ ਯੂਜ਼ ਪਲਾਸਟਿਕ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਬਾਰੇ ਕੰਟੀਨਿਊ ਰੱਖਣ ਬਾਰੇ ਜਾਂ ਸਟਾਰਟ ਕਰਨ ਬਾਰੇ ਸਟਾਰਟ ਤਾਂ ਅਸੀਂ ਕੀ ਕਰਨੀ ਆਲਰੇਡੀ ਅਸੀਂ ਯੂਜ਼ ਕਰ ਰਹੇ ਆ ਕੰਟੀਨਿਊ ਵੀ ਕਿਉਂ ਰੱਖਣੀ ਆ ਕਿਉਂਕਿ ਉਹ ਹਾਰਮਫੁਲ ਹੈ ਸੋ ਅਸੀਂ ਪਹਿਲੀ ਆਪਸ਼ਨ ਚੂਜ਼ ਕਰਾਂਗੇ ਬੇਟਾ ਏ ਆਨਸਰ ਆਦਾ ਨੈਕਸਟ ਵਨ ਆ ਸਿਲੈਕਟ ਦਾ ਕਰੈਕਟ ਆਪਸ਼ਨ ਵਿਚ ਇਜ਼ ਰਾਈਟਲੀ ਸਟੇਟਸ ਦਾ ਹਾਰਮ ਆਫ ਸਿੰਗਲ ਯੂਜ਼ ਪਲਾਸਟਿਕ ओके ਕਿਹੜੀ ਲਾਈਨ ਆ ਜਿਹੜੀ ਸਹੀ ਤਰੀਕੇ ਨਾਲ ਇਹਨੂੰ ਕੰਪਲੀਟ ਕਰੂਗੀ ਤੇ ਦੱਸੂਗੀ ਸਾਨੂੰ ਕਿ ਸਿੰਗਲ ਯੂਜ਼ ਪਲਾਸਟਿਕ ਆ ਬਹੁਤ ਹਾਰਮਫੁਲ ਆ ਸੋ ਲਾਈਨ ਨੂੰ ਪੜੋ ਸੈਂਟੈਂਸ ਨੂੰ ਧਿਆਨ ਨਾਲ ਵੀ ਸ਼ੁਡ ਸਟਾਪ ਯੂジング ਸਿੰਗਲ ਯੂਜ਼ ਪਲਾਸਟਿਕ ਵਿਕਲਸ ਡੈਸ਼ ਇਟ ਗਿਵਸ ਅਸ ਮੈਨੀ ਆਪਸ਼ਨਸ ਮੈਨੀ ਆਪਸ਼ਨਸ ਦਾ ਮਤਲਬ ਕਿ ਪਲਾਸਟਿਕ ਸਾਡੇ ਕੋਲੇ ਬਹੁਤ ਸਾਰੀਆਂ ਚੀਜ਼ਾਂ ਅਵੇਲੇਬਲ ਨੇ ਹਨਾ ਬਹੁਤ ਸਾਰੀਆਂ ਆਪਸ਼ਨਸ ਨੇ ਸਾਡੇ ਕੋਲੇ ਪਲਾਸਟਿਕ ਯੂਸਫੁਲ ਸਾਡੇ ਲਈ ਬਹੁਤ ਫਾਇਦੇਮੰਦ ਆ ਨੋ ਇਟ ਪਲੂਟਸ ਦਾ এনवायरमेंट ਪੀਪਲ ਕਾਂਟ ਲਿਵ ਵਿਦਆਊਟ ਇਟ ਨਹੀਂ 80 ਸੀ ਆਪਸ਼ਨ ਨਾਲ ਜਾਵਾਂਗੇ ਇਟ ਪਲਿਊਡ ਦਾ এনवायरमेंट ਇਹ ਉਹਨੂੰ ਸਹੀ ਤਰੀਕੇ ਨਾਲ ਡਿਫਾਈਨ ਕਰੂਗੀ ਕਿ ਇਹ ਹਾਰਮਫੁਲ ਹੈ ਓਕੇ ਲਓ ਜੀ ਸੈਟ ਏ ਖਤਮ ਹੋ ਗਿਆ ਹੁਣ ਸੈਟ ਬੀ ਸ਼ੁਰੂ ਹੋ ਗਿਆ ਚੇਂਜ ਦਾ ਫੋਲੋਇੰਗ ਅ ਸੈਟਰਡੇ ਸੈਂਟੈਂਸਸ ਇਨਟੂ ਇਨਟਰਾਗਟਿਵ ਸੈਂਟੈਂਸ ਓਕੇ ਓਕੇ ਹੁਣ ਕੀ ਦਿੱਤਾ ਸੈਂਟੈਂਸ ਪਹਿਲਾਂ ਧਿਆਨ ਆ ਗਾਟ ਗਰੇਜ਼ਸ ਇਨ ਦਾ ਫੀਲਡ ਗਾਟ ਸਿੰਗਲ ਆ ਇਸ ਲਈ ਇਸ ਲੱਗੀ ਵੀ ਹੈ ਇਹਦਾ ਮਤਲਬ ਪ੍ਰੈਜ਼ੈਂਟ ਇਨਡੈਫਿਨਿਟ ਟੈਂਸ ਆ ਇਹ ਹੁਣ ਅਸੀਂ ਇਹਨੂੰ ਕਾਹਦੇ ਚ ਬਦਲਣਾ ਅੰਟੈਰੋਗੇਟਿਵ ਜਿੱਥੇ ਕੋਈ ਹੈਲਪਿੰਗ ਵਰਬ ਲੱਗਿਆ ਹੁੰਦਾ ਅਸੀਂ ਉਹਨੂੰ ਅੱਗੇ ਲੈ ਆਉਂਦੇ ਤੇ ਮਗਰ ਸਾਈਨ ਆਫ ਅੰਟੈਰੋਗੇਸ਼ਨ ਲਾ ਦਿੰਦੇ ਪਹਿਲੀ ਚੀਜ਼ ਦੀ ਆ ਅੰਟੈਰੋਗੇਸ਼ਨ ਅੰਟੈਰੋਗੇਟਿਵ ਸੈਂਟੈਂਸ ਹੁੰਦੇ ਆ ਜਿਹੜੇ ਸਾਈਨ ਆਫ ਅੰਟੈਰੋਗੇਸ਼ਨ ਲੱਗਿਆ ਹੁੰਦਾ ਉਹ ਚਾਰਾਂ ਚ ਹੀ ਲੱਗਿਆ ਹੋਇਆ ਠੀਕ ਹੁਣ ਅਸੀਂ ਇੱਥੇ ਗੱਲ ਹੋਣੀ ਦੱਸਿਆ ਤੁਹਾਨੂੰ ਇਸ ਸੰਦ ਦੱਸਦੀ ਆ ਪ੍ਰੈਜ਼ੈਂਟ ਟੈਂਸ ਹਨ ਪ੍ਰੈਜ਼ੈਂਟ ਇਨਡੈਫਿਨਿਟ ਆ ਸੋ ਡੈਡ ਤੇ ਵੈਲਟ ਵਾਲੇ ਤਾਂ ਉਥੇ ਨਾਲ ਐਸ ਲੱਗਿਆ ਕਰਕੇ ਇੱਥੇ ਡਾਜ਼ ਵਾਲਾ ਇਹਦਾ ਆਨਸਰ ਬੇਟਾ ਬੀ ਆ ਡਾਜ਼ ਅ ਗਾਟ ਗਰੇਜ਼ ਉਥੇ ਗਰੇਜ਼ ਨਾਲੋਂ ਐਸ ਕੱਟ ਕੇ ਡਾਜ਼ ਨਾਲ ਲੱਗੀ ਜਦੋਂ ਅਸੀਂ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਨੂੰ 네ਗੇਟਿਵ ਚ ਜਾਂ ਅੰਟੈਰੋਗੇਟਿਵ ਚ ਚੇਂਜ ਕਰਦੇ ਹਾਂ ਡੂ ਜਾਂ ਡਾਜ਼ ਦੀ ਵਰਤੋਂ ਕਰਦੇ ਹਾਂ ਸਿੰਗਲ ਬੰਦਾ ਜਿੱਥੇ ਗਾਟ ਇੱਕਾ ਨੇ ਇਸ ਲਈ ਡਾਜ਼ ਲੱਗਿਆ ਸੋ ਏ ਆ ਬੀ ਆਪਸ਼ਨ ਚੂਜ਼ ਕਰਾਂਗੇ ਬੇਟਾ ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਵਰਡ ਇਜ਼ ਅ ਨਾਉਨ ਨਾਉਨ ਕੀ ਆ ਨਾਉਨ ਕਿਸੇ ਬੰਦੇ ਦਾ ਨਾਮ ਹੁੰਦਾ ਕਿਸੇ ਐਨੀਮਲ ਦਾ ਨਾਮ ਹੁੰਦਾ ਕਿਸੇ ਪਲੇਸ ਦਾ ਕਿਤੇ ਹਨਾ ਫੀਲਿੰਗ ਜਾਂ ਗੁਣ ਦਾ ਆਪਾਂ ਜਿਵੇਂ ਕਹਿੰਦੇ ਇੱਥੇ ਹੁਣ ਦੇਖੋ ਤਾਂ ਕਿਹੜਾਗਾ ਕੈਟ ਕਿਸੇ ਐਨੀਮਲ ਦਾ ਨਾਮ ਆ ਨਾ ਸੋਸੀ ਉਹਨੂੰ ਚੂਸ ਕਰ ਲਾਂਗੇ ਫਿਰ ਇਹ ਆਨਸਰ ਹੈ ਨੈਕਸਟ ਆ ਨਾ ਫਿਲ ਦਾ ਬਲੈਂਕਸ ਵਿਦ ਦਾ ਸੂਟਡ ਡਿਟਰਮੀਨਰ ਆਈ ਹੈਵ ਡੈਸ਼ ਵਰਕ ਟੂ ਡੂ ਸੋ ਇੱਥੇ ਕੀ ਭਰਾਂਗੇ ਅਸੀਂ ਸਮ ਆਈ ਹੈਵ ਸਮ ਵਰਕ ਟੂ ਡੂ ओके रीराइट द फॉलोइंग सेंटेंस आफ्टर करेक्टिंग इट ਇਹ ਉੱਪਰ ਵਾਲੇ ਆਰ ਨਾਲੇ ਨਾਲ ਦਾ ਹੀ ਆ ਦੇਖੋ ਉੱਥੇ ਵੀ ਦਾ ਲੱਗਿਆ ਸੀ ਆਰ ਦੇ ਮੂਰੇ ਅਸੀਂ ਕਟਿਆ ਸੀ ਸਿੰਪਲ ਲਿਖਿਆ ਸੀ ਮੈਨ ਇਜ਼ ਮੋਰਟਲ ਮੀਨਸ ਜਿਹੜਾ ਮਨੁੱਖਾ ਉਹ ਨਾਸ਼ਵਾਨ ਸੋ ਇੱਥੇ ਕਿਸੇ ਖਾਸ ਦਾਤ ਅਸੀਂ ਤਾਂ ਲਈਏ ਜੀ ਕਿਸੇ ਖਾਸ ਮਨੁੱਖ ਦੀ ਗੱਲ ਹੋ ਰਹੀ ਉਹ ਸਾਰੇ ਮਨੁੱਖੀ ਨਾਸ਼ਵਾਨ ਨੇ ਸੋ ਮੈਨ ਇਜ਼ ਮੋਰਟਲ ਵੀ ਆਨਸਰ ਹੈ ਬੇਟਾ ਓਕੇ ਇਹ ਵਾਲਾ ਇਹ ਰਾਈਟ ਆਨਸਰ ਹੈ ਲਓ ਜੀ ਹੁਣ ਅੱਗੇ ਚੱਲਦੇ ਆਂ ਅਸੀਂ fill in the blanks with appropriate degree of adjective adjective পরਨਾ he is dash student ਤੁਹਾਨੂੰ ਦੱਸਿਆ ਜਿੱਥੇ ਇੱਕੋ ਹੀ ਬੰਦੇ ਦੀ ਗੱਲ ਹੋ ਰਹੀ ਹੈ ਹੀ ਦੀ ਗੱਲ ਹੋ ਰਹੀ ਹੈ ਸੋ ਪੋਜ਼ੀਟਿਵ ਡਿਗਰੀ ਲੱਗਣੀ ਹੈ ਟਾਲ ਹੀ ਇਜ਼ ਅ ਟਾਲ ਸਟੂਡੈਂਟ ওকে ਨੈਕਸਟ ਆ ਗਿਆ ਦੇਖੋ then ਲੱਗਿਆ ਵਾ ਦੇਖਣ ਦੀ ਵੀ ਲੋੜ ਨਹੀਂ ਸਾਨੂੰ ਸੈਕੰਡ ਲੱਗਣੀ ਹੈ ਲਾਰਜਰ ਚైనా ਇਸ ਲਾਰਜਰ ਦੈਨ ਪੋਲੈਂਡ ਨੈਕਸਟ ਵਨ ਆ ਗਿਆ fill the blanks with appropriate non finite i enjoy ਨੇ ਕਿਸ ਚੀਜ਼ ਨੂੰ ਇੰਜੋਏ ਕਰਦਾ ਸਵਿਮ ਸੁਵਿਮਿੰਗ ਟੂ ਸਵਿਮ ਸਵੈਮ ਸੁਵਿਮਿੰਗ ਆਊਗਾ ਬਟਾ ਇੰਜੋਏ ਤੋਂ ਬਾਅਦ ਹਮੇਸ਼ਾ ਜਰਨਲ ਵਾਲੀ ਫਾਰਮ ਲੱਗਦੀ ਆ ਸੋ ਸੁਵਿਮਿੰਗ ਨੈਕਸਟ ਵਨ ਆ ਗਿਆ ਐਪਲੀਕੇਸ਼ਨ ਆ ਯੂ ਆਰ ਸਕੂਲ ਇਸ ਆਰਗੇਨਾਈジング ਅ ਟੂ ਟੂ ਡੈਲੀ ਐਂਡ ਆਗਰਾ ਯੂ ਆਰ ਦਾ ਸੈਕਟਰੀ ਆਫ ਥਿਸ ਆਰਗੇਨਾਈジング ਕਮੇਟੀ ਕਿਉਂ ਤੁਸੀਂ ਸੈਕਟਰੀ ਹੋ ਤੁਸੀਂ ਡਰਾਫਟ ਕਰ ਰਹੇ ਹੋ ਨੋਟਸ ਉਨ ਧਿਆਨ ਰੱਖਣਾ ਡਰਾਫਟ ਅ ਨੋਟਸ ਆਸਕਿੰਗ ਦਾ ਸਟੂਡੈਂਟ ਟੂ ਗਿਵ ਯੂਰ ਗਿਵ देयर ਨੇਮਸ ਓਕੇ ਲਓ ਜੀ ਹੁਣ ਆਪਾਂ ਇਹਦੇ ਨਾਲ ਦੇਖਦੇ ਆ ਕੁਐਸਚਨਸ ਅੱਗੇ ਕੁਐਸਚਨ ਕੀ ਆ ਫਰਸਟ ਵਿਚ ਆਫ ਦਾ ਫਾਲੋਇੰਗ ਵਿਲ ਬੀ ਮੈਂਸ਼ਨਡ ਫਰਸਟ ਇਨ ਦਾ ਨੋਟਸ ਨੋਟਸ ਦੇ ਵਿੱਚ ਸਾਰ ਨੂੰ ਪਹਿਲਾਂ ਕਿਹੜੀ ਚੀਜ਼ ਆਉਂਦੀ ਆ ਅਗਰ ਤੁਸੀਂ ਲਿਖਿਆ ਹੋਇਆ ਨੋਟਸ ਦੇਖਿਆ ਸਾਰ ਨੂੰ ਪਹਿਲਾਂ ਸੀ ਕਿਸੇ ਵੀ ਆਰਗੇਨਾਈਜੇਸ਼ਨ ਦਾ ਨਾਮ ਲਿਖਦੇ ਆ ਸੋ ਬੀ ਆਪਸ਼ਨ ਚੂਜ਼ ਕਰੋ Rohit wants to join the historical tour and has taken permission from his parents. Rohit ਚੂਰਤੇ ਜਾਣਾ ਚਾਹੁੰਦਾ ਤੇ ਉਹਨੇ ਪਰਮਿਸ਼ਨ ਵੀ ਲੈ ਲਈ ਪੇਰੈਂਟਸ ਤੋਂ ਨਾ ਹੂ ਸ਼ੁਡ ਵੀ ਅਪਰੋਚ ਟੂ ਗਿਵ ਹਿਸ ਨੇਮ ਫॉर द ਟ੍ਰਿਪ ਹੁਣ ਉਹ ਆਪਣਾ ਟ੍ਰਿਪ ਲਈ ਨਾਮ ਕਿਹਨੂੰ ਦੇਵੇ ਕਿਹਨੂੰ ਦਊਗਾ ਜਿਹਨੇ ਨੋਟਸ ਡਰਾਫਟ ਕੀਤਾਗਾ ਕਿਹਨੇ ਕੀਤਾ ਸੈਕਟਰੀ ਆਫ ਦਾ ਆਰਗੇਨਾਈਜੇਸ਼ਨ ਯਾਨੀ ਕਿ ਤੁਸੀਂ ਸੋ ਫਿਰ ਇੱਥੇ ਕੀ ਆ ਗਿਆ ਪ੍ਰਿੰਸੀਪਲ ਨੂੰ ਨਹੀਂ ਦੇਣਾ ਵਾਈਸ ਪ੍ਰਿੰਸੀਪਲ ਨੂੰ ਨਹੀਂ ਦੇਣਾ ਹੈੱਡ ਬॉय ਨੂੰ ਨਹੀਂ ਦਾ ਸੈਕਟਰੀ ਆਫ ਦਾ ਆਰਗੇਨਾਈਜੇਸ਼ਨ ਨੂੰ ਨਾਮ ਲਿਖਵਾਉਣਾ ਤੁਸੀਂ ਸੋ ਵੀ ਆਪਸ਼ਨ ਚੂਜ਼ ਕਰੋ ਬਟਾ next are write an application to the principal of your school requesting for exemption from the examination examination to tusi chhot mang rahe ho ode na related questions ne dekho fir kede ne choose the correct subject for the letter subject ki houga ਕੀ ਸਬਜੈਕਟ ਆ ਪਹਿਲਾ ਤਾਂ ਰਿਗਾਰਡਿੰਗ ਰਿਮਿਸ਼ਨ ਆਫ ਐਗਜ਼ਾਮੀਨੇਸ਼ਨ ਫੀਸ ਫੀਸ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਰਿਗਾਰਡਿੰਗ ਐਮਜੰਸ਼ਨ ਫਾਰ ਐਗਜ਼ਾਮਸ ਹਾਂ ਐਗਜ਼ਾਮ ਦੇ ਵਿੱਚ ਉਹਨਾਂ ਨੇ ਛੋਟ ਮੰਗੀ ਆ ਸੋ ਇਹੀ ਟੌਪਿਕ ਇਹੀ ਸਾਡਾ ਸਬਜੈਕਟ ਹੋਊਗਾ ਬੇਟਾ ਵੀ ਆਪਸ਼ਨ ਚੂਜ਼ ਕਰਾਂਗੇ ਸਰਟੀਫਿਕੇਟ ਵੀ ਨਹੀਂ ਮੰਗਿਆ ਕੋਈ ਸਿਕਨੈਸ ਦੀ ਵੀ ਗੱਲ ਨਹੀਂ ਹੋਈ ਓਕੇ ਚੂਜ਼ ਆ ਸੈਂਟੈਂਸ ਥੈਟ ਯੂ 威尔 ਨਾਟ ਰਾਈਟ ਇਨ ਦਾ ਲੈਟਰ ਉਹ ਸੈਂਟੈਂਸ ਚੂਜ਼ ਕਰਨਾ ਜਿਹੜਾ ਲੈਟਰ ਦੇ ਵਿੱਚ ਤੁਸੀਂ ਨਹੀਂ ਲਿਖੋਗੇ ਸੋ ਦੇਖੋ ਚਾਰੋਂ ਸੈਂਟੈਂਸਸ ਧਿਆਨ ਨਾਲ ਆਈ ਹੈਵ ਬੀਨ ਸਫਰਿੰਗ ਫ্রম ਟਾਈਫਾਇਟ ਸਿንስ ਲਾਸਟ ਵੀਕ ਹਾਂ ਸਿ ਲਿਖਾਂਗੇ ਕਿ ਮੈਨੂੰ ਪਿਛਲੇ ਹਫਤੇ ਤੋਂ ਟਾਈਫਾਇਟ ਹੋਇਆ ਹੋਇਆ ਆਈ ਐਮ ਸਟਿਲ ਟੂ ਵੀਕ ਟੂ ਵਾਕ ਬਰ ਖਾਂ ਇਹ ਵੀ ਲਿਖਾਂਗੇ ਕਿ ਮੈਂ ਹਜੇ ਵੀ ਬਹੁਤ ਕਮਜ਼ੋਰ ਆ ਮੈਨੂੰ ਤਾਂ ਕੰਮ ਨਹੀਂ ਹੋ ਸਕਦਾ ਦਾ ਡਾਕਟਰ ਹੈਡ ਐਡਵਾਈਸਡ ਮੀ ਟੂ ਅਬਾਇਡ ਦਾ ਰੈਸਟ ਲੋਜੀ ਕਹਿੰਦੇ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਆ ਕਿ ਤੂੰ ਅਬਾਇਡ ਕਰ ਰੈਸਟ ਨਾ ਕਰ ਜੇ ਫਿਰ ਡਾਕਟਰ ਸਾਨੂੰ ਇਹ ਸਲਾਹ ਦਊ ਕਿ ਰੈਸਟ ਕਰਨ ਦੀ ਜ਼ਰੂਰਤ ਨਹੀਂ ਫਿਰ ਤਾਂ ਤੁਸੀਂ ਅੱਤੇ ਕੰਮ ਤੇ ਜਾਓ ਪੇਪਰ ਦਿਓ ਸੋ ਇਸ ਲਈ ਇਹ ਨਹੀਂ ਲਿਖਾਂਗੇ ਅਸੀਂ ਠੀਕ ਆ ਸੀ ਆਪਸ਼ਨ ਹੀ ਚੂਜ਼ ਕਰਾਂਗੇ ਇਹ ਆਨਸਰ ਹੈ ਬਟਾ ਚੂਜ਼ ਅ ਸੂਟੇਬਲ ਸਬਸਕ੍ਰਿਪਸ਼ਨ ਫਾਰ ਦਾ ਦਿਸ ਲੈਟਰ ਓਕੇ ਜਦੋਂ ਲੈਟਰ ਨੂੰ ਕਲੋਜ਼ ਕਰੋਗੇ ਕੀ ਲਿਖੋਗੇ ਫਿਰ ਤੁਸੀਂ ਯੂਜ਼ オਬਿਡੀਐਂਟਲੀ ਕਿਉਂਕਿ ਤੁਸੀਂ ਕਿਹਨੂੰ ਲਿਖ ਰਹੇ ਹੋ ਪ੍ਰਿੰਸੀਪਲ ਨੂੰ ਲਿਖ ਰਹੇ ਹੋ ਸੋ ਇਹ ਆਪਸ਼ਨ ਚੂਜ਼ ਕਰੋ ਲਓ ਜੀ ਸੈਟ ਬੀ ਇਹਦੇ ਨਾਲ ਹੋ ਗਿਆ ਆਪਣਾ ਕੰਪਲੀਟ ਹੁਣ ਆਪਾਂ ਆਗੇ ਸੈਟ ਸੀ ਤੇ ਚੇਂਜ ਦਾ ਫੋਲੋਇੰਗ ਐਕਸਲਮਟਰੀ ਸੈਂਟੈਂਸ ਇੰਟੂ ਅ ਸਟੇਟਿਵ ਸੈਂਟੈਂਸ ਹਾਲਾਂਕਿ ਕਿੱਥੇ ਯੂਜ਼ ਕਰਦੇ ਹਾਂ ਅਸੀਂ ਜਿੱਥੇ ਦੁੱਖ ਦੀ ਗੱਲ ਹੁੰਦੀ ਹੈ ਹਰਰੇ ਉਹ ਹੁੰਦਾ ਖੁਸ਼ੀ ਦੀ ਗੱਲ ਸੋ ਇੱਥੇ ਦੁੱਖ ਦੀ ਗੱਲ ਆਉਂਦਾ ਸੋਲજર ਡਾਈਡ ਫਾਈਟਿੰਗ ਹੁਣ ਆਪਾਂ ਜਿਹੜੀ ਆਪਸ਼ਨਸ ਦਿੱਤੀਆਂ ਉਹਨਾਂ ਨੂੰ ਧਿਆਨ ਨਾਲ ਦੇਖੋ ਇਟ ਇਜ਼ ਅ ਮੈਟਰ ਆਫ ਜੁਆਏ ਇਹ ਖੁਸ਼ੀ ਦੀ ਗੱਲ ਆ ਜੁਆਏ ਕੀ ਹੁੰਦੀ ਹੈ ਖੁਸ਼ੀ ਹੁੰਦੀ ਹੈ ਅਸੀਂ ਚੂਜ਼ ਕਰਾਂਗੇ ਇਟ ਇਜ਼ ਸੈਡ ਹਾਂ ਇਹ ਦੁੱਖ ਦੀ ਗੱਲ ਹੈ ਇਹ ਅਸੀਂ ਦੇਖ ਸਕਦੇ ਹਾਂ ਗੋ ਐਂਡ ਡਾਈ ਫਾਈਟਿੰਗ ਡਿਡ ਦਾ ਸੋਲજર ਡਾਈ ਫਾਈਟਿੰਗ ਨੋ ਸੋ ਬੀ ਆਪਸ਼ਨ ਦੇਖੋ ਇਟ ਇਜ਼ ਸੈਡ ਥੈਟ ਦਾ ਸੋਲજર ਡਾਈਡ ਐਟ ਗੈਵਨ ਵੈਲੀ ਜਦ ਕਿ ਉੱਪਰ ਗੈਵਨ ਵੈਲੀ ਦਾ ਜ਼ਿਕਰ ਨਹੀਂ ਹੋਇਆ ਸੀ ਇੱਥੇ ਭਰ ਦਿੱਤਾ ਹੋਇਆ ਸਾਡੇ ਕੋਲ ਹੋਰ ਕੋਈ ਏਦਾਂ ਦੀ ਆਪਸ਼ਨ ਨਹੀਂ ਇਸ ਲਈ ਅਸੀਂ ਇਹਨੂੰ ਹੀ ਚੂਜ਼ ਕਰਾਂਗੇ ਬੀ ਨੂੰ ਓਕੇ ਚਲੋ ਜੀ ਦ ਵਰਡ ਆਲ ਥੋ ਇਜ਼ ਅ ਕੀ ਆ ਪਾਰਟ ਆਫ ਸਪੀਚ ਵਾਲੇ ਦੇ ਵਿੱਚੋਂ ਆ ਇਹ ਨਾਉਨ ਆ ਵਰਬ ਆ ਕਨਜੰਕਸ਼ਨ ਆ ਜਾਂ ਐਡਵਰਬ ਆਲ ਥੋ ਕਨਜੰਕਸ਼ਨ ਆ ਬੇਟਾ ਸੀ ਆਪਸ਼ਨ ਚੂਜ਼ ਕਰਾਂਗੇ ਅਸੀਂ ਨੈਕਸਟ ਵਨ ਫਿਲ ਇਨ ਦਾ ਬਲੈਂਕਸ ਵਿਦ ਦਾ ਸੂਟੇਬਲ ਡਿਟਰਮੀਨਰ ਹੁਣ ਫੇਰ ਡਿਟਰਮੀਨਰ ਆ ਗਿਆ he did not make dash mistakes in the essay ਹੁਣ ਇੱਥੇ ਕੀ ਆਉਣਾ ਜਦੋਂ ਨੈਗੇਟਿਵ ਸੈਂਸ ਦੇ ਵਿੱਚ ਗੱਲ ਹੋ ਰਹੀ ਆ ਨਾਟ ਲੱਗਿਆ ਹੋਇਆ ਦੇਖੋ ਡਿਡ ਨਾਟ ਫਿਰ ਐ ਨਹੀਂ ਲੱਗਦਾ ਹੁੰਦਾ ਡਿਡ ਨਾਟ ਮੇਕ ਐਨੀ ਮਿਸਟੇਕ ਇਨ ਦਾ ਐਸੇ ਓਕੇ ਡਿਡ ਨਾਟ ਨਾ ਹੁੰਦਾ ਫਿਰ ਸਮ ਵੀ ਲਗਾ ਸਕਦੇ ਸੀ ਅਸੀਂ ਮੈਂ ਨਹੀਂ ਵੀ ਲਗਾ ਸਕਦੇ ਸੀ ਹਨਾ ਸੋ ਬਟ ਹੁਣ ਇੱਥੇ ਡਿਡ ਨਾਟ ਲੱਗਿਆ ਹੋਇਆ ਸੋ ਐਨੀ ਨੈਕਸਟ ਵਨ ਫਿਲ ਇਨ ਦਾ ਬਲੈਂਕਸ ਵਿਦ ਅ ਸੂਟੇਬਲ ਵਰਬ the teacher dash us a story ਜਿਹੜੀ ਆਪਸ਼ਨਸ ਦਿੱਤੀਆਂ ਹੋਈਆਂ ਨੇ bold told learnt slapped ਸੋ ਆ ਤੱਕ ਇਹ ਗੱਲ ਹੀ ਨਹੀਂ ਬਣਦੀ ਹਨਾ learnt or told ਚੋ ਜਾ ਕੇ ਤਾਂ told ਆ ਸਾਨੂੰ ਕਹਾਣੀ ਸੁਣਾਈ ਓਕੇ ਬੀ ਆਪਸ਼ਨ ਚੂਜ਼ ਕਰੋ this is the ਦਾ ਲੱਗਿਆ ਹੋਇਆ ਸੋ ਸਾਨੂੰ ਪਤਾ ਸੁਪਰਲੇਟਿਵ ਡਿਗਰੀ ਲੱਗਦੀ ਹੁੰਦੀ ਆ ਤਾਂ ਕਿਹੜੀ ਆ ਬੈਸਟ ਆ ਇੱਥੇ this is the best book i have ever read ਇਦੇ ਨਾਲ ਦੀ ਜਿਹੜੀ ਐਕਸਰਸਾਈਜ਼ ਦਾ ਬਟਾ ਠੀਕ ਉਹਨੂੰ ਧਿਆਨ ਨਾਲ ਅਡਜੈਕਟਿਵ ਵਾਲੀ ਨੂੰ ਜ਼ਰੂਰ ਕਰ ਲੈਣਾ ਪੰਜਵੇਂ ਲੈਸਨ ਦੀ ਪੰਜਵੀਂ ਐਕਟੀਵਿਟੀ ਆ ਫਿਲ ਇਨ ਦਾ ਬਲੈਂਕਸ ਵਿਦ ਦਾ ਐਪਰੋਪਰੀਏਟ ਡਿਗਰੀ ਆਫ ਅਡਜੈਕਟਿਵ ਇਹ ਆਪਾਂ ਹੁਣੇ ਕਰਕੇ ਹਟੀਆਂ ਉੱਪਰ ਚਾਈਨਾ ਵਾਲੀ ਸੋ ਕੀ ਆ ਲਾਰਜ ਦੀ ਹੁੰਦੀ ਆ ਲਾਰਜਰ ਲਾਰਜੇਸਟ ਸੋ ਕੀ ਹੋ ਗਿਆ ਦੈਨ ਲੱਗਿਆ ਹੋਇਆਗਾ ਸੋ ਲਾਰਜਰ ਇਹ ਆਪਸ਼ਨ ਚੂਜ਼ ਕਰਾਂਗੇ ਇਟ ਇਜ਼ ਇਜ਼ੀ ਹੁਣ ਆ ਕਿ ਨਾਨ ਫਾਈਨਾਈਟ ਭਰਨਾ ਇਸ ਦੇ ਵਿੱਚ ਜਦੋਂ ਨਾਉਨ ਫਾਈਨਾਈਟ ਵਰਨਾ ਤਾਂ ਕਿ ਉਹ ਟੂ మేਕ ਇਟ ਇਜ਼ ਇਜ਼ੀ ਟੂ మేਕ ਮਿਸਟੇਕਸ ਠੀਕ ਲਓ ਜੀ ਹੁਣ ਅੱਗੇ ਆ ਗਈ ਲੈਟਰ ਕਿ ਨਾਟਸ ਹੈ ਯੂ ਹੈਵ ਲੌਸਟ ਅ ਬੈਗ ਇਨ ਯੋਰ ਸਕੂਲ ਉਪਰ ਕੀ ਐਸੀ ਫਾਊਂਡ ਵਾਲਾ ਹੁਣ ਲੌਸਟ ਵਾਲਾ ਆ ਗਿਆ ਰਾਈਟ ਅ ਨੋਟਸ ਅਬਾਊਟ ਦਾ ਲੌਸ ਗਿਵਿੰਗ ਦਾ ਪਾਰਟੀਕੂਲਰਸ ਆਫ ਦਾ ਬੈਗ ਆਲਸੋ ਅਨਾਉਂਸ ਅ ਰਿਵਾਰਡ ਫਾਰ ਦਾ ਫਾਈਂਡਰ ਕਹਿੰਦੇ ਤੁਹਾਡਾ ਬੈਗ ਖੋ ਗਿਆ ਤੁਸੀਂ ਪਾਰਟਿਕੁਲਰਸ ਦੱਸੋ ਬੈਗ ਬਾਰੇ ਤੇ ਫਾਈਂਡਰ ਲਈ ਰਿਵਾਰਡ ਦੀ ਵੀ ਘੋਸ਼ਣਾ ਕਰੋ ਸੋ ਕੀ ਆ ਰਹਿਣੇ ਇਹਦੇ ਨਾਲ ਦੇ ਕੁਐਸਚਨ ਪਹਿਲਾਂ ਤਾਂ ਸਿਲੈਕਟ ਦਾ ਐਪਰੋਪਰੀਏਟ ਟਾਈਟਲ ਜਾਂ ਹੈਡਿੰਗ ਉਹ ਤਾਂ ਪਤਾ ਹੀ ਆ ਹੁਣ ਜਦ ਲੌਸਟ ਖੋਇਆ ਤਾਂ ਲੌਸਟ 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 ਅਗਰ ਕੋਈ ਚੀਜ਼ ਫਾਊਂਡ ਹੋਈ ਆ ਸੋ ਫਿਰ ਫਾਊਂਡ 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 ਲਓ ਜੀ ਹੁਣ ਨੈਕਸਟ ਕੁਐਸਚਨ ਵਿਚ ਆਫ ਦਾ ਫੋਲੋਇੰਗ ਸੈਂਟੈਂਸ ਆਰ ਨਾਟ ਸੂਟੇਬਲ ਟੂ ਰਾਈਟ ਇਨ ਥਿਸ ਨੋਟਿਸ ਕਿਹੜਾ ਸੈਂਟੈਂਸ ਆ ਜਿਹੜਾ ਸੂਟੇਬਲ ਨਹੀਂ ਹੈਗਾ ਇੱਥੇ ਲਿਖਣ ਲਈ ਮੀਨ ਜਿਹੜਾ ਸਾਨੂੰ ਨਹੀਂ ਲਿਖਣਾ ਚਾਹੀਦਾ ਫਿਰ ਦੇਖੋ ਸਾਰੀਆਂ ਆਪਸ਼ਨਸ ਦੇ ਆਨਾ ਦਾ ਆਨਰ ਕੈਨ ਗਿਵ ਦਾ ਕਰੈਕਟ ਡਿਸਕ੍ਰਿਪਸ਼ਨ ਐਂਡ ਹੈਵ ਇਟ ਆ ਆਨਰ ਆਵੇ ਸਹੀ ਸਹੀ ਇਹਦੇ ਬਾਰੇ ਦੱਸੇ ਮੈਨੂੰ ਜਾਣਕਾਰੀ ਦੇਵੇ ਤੇ ਲੈ ਜਵੇ ਲਿਖਾਂਗੇ ਨੈਕਸਟ ਵਨ ਅ ਪਰਸ ਹੈਜ਼ ਬੀਨ ਫਾਊਂਡ ਇਨ ਦਾ ਸਕੂਲ ਸਕੂਲ ਦੇ ਵਿੱਚ ਇੱਕ ਪਰਸ ਲੱਭਿਆ ਦਾ ਆਨਰ ਕੈਨ ਕੰਟੈਕਟ ਦਾ ਅੰਡਰਸਾਈਨ ਜਿਹੜਾ ਆਨਰ ਆ ਉਹ ਆ ਕੇ ਇਹਨੂੰ ਕੰਟੈਕਟ ਕਰੇ ਅਪਰਸ ਹੈਜ਼ ਬੀਨ ਲੋਸਟ ਇਨ ਦਾ ਸਕੂਲ ਜਿਹੜਾ ਸਕੂਲ ਦੇ ਵਿੱਚ ਅਪਰਸ ਖੋ ਗਿਆ ਹੈ ਹੁਣ ਤੁਸੀਂ ਇੱਕ ਚੀਜ਼ ਦੇਖੋ ਇੱਥੇ ਲੋਸਟ ਦੀ ਗੱਲ ਹੋ ਰਹੀ ਆ ਹੈਨਾ ਉੱਥੇ ਫਾਊਂਡ ਵਾਲੀ ਗੱਲ ਹੋ ਰਹੀ ਸੀ ਤਾਂ ਜਿਹੜਾ ਨੈਕਸਟ ਕੁਐਸਚਨ ਸੀ ਉਹ ਲੋਸਟ ਵਾਲਾ ਪਾਇਆ ਪਿਆ ਸੀ ਉੱਪਰ ਹੁਣ ਇੱਥੇ ਲੋਸਟ ਵਾਲਾ ਤੇ ਇਹ ਫਾਊਂਡ ਵਾਲਾ ਪਾਇਆ ਪਿਆ ਹੈ ਸੋ ਇਹ ਕਨਫਿਊਜ਼ ਹੈ ਨਾ ਥੋੜੀ ਜੀ ਉੱਪਰ ਥੱਲੇ ਆਹ ਹੋਇਆ ਤੇ ਉੱਥੇ ਅਸੀਂ ਆਉਣਾ ਸੀ ਇਹ ਕੁਐਸਚਨ ਉਹ ਵਾਲਾ ਕੁਐਸਚਨ ਇੱਥੇ ਆਉਣਾ ਸੀ ਹੁਣ ਇਹਨੂੰ ਧਿਆਨ ਨਾਲ ਦੇਖ ਕੇ ਤੁਸੀਂ ਦੇਖੋ ਕਿਹੜਾ ਆਨਸਰ ਚੂਜ਼ ਕਰੋਗੇ ਠੀਕ ਕਿਹੜੀ ਉਹਨਾਂ ਨੇ ਕਿਹਾ ਨਹੀਂ ਯੂਜ਼ ਕਰ ਹਾਨਰ ਗਿਵ ਇਟ ਆ ਲਿਖਾਂਗੇ ਜੇ ਫਾਊਂਡ ਹੋਇਆ ਹੈ ਨਾ ਪਰਸ ਹੈਜ਼ ਬੀਨ ਫਾਊਂਡ ਤੋਂ ਲੌਸਟ ਵਾਲੀ ਨਹੀਂ ਲਿਖਾਂਗੇ ਅਸੀਂ ਡੀ ਵਾਲੀ ਇਹ ਇਸ ਅਕੋਰਡਿੰਗ ਆਨਸਰ ਸਹੀ ਆ ਬਟ ਇਹ ਇਹਨੂੰ ਮੈਚ ਨਹੀਂ ਕਰਦਾ ਹੈਗਾ ਜਿਹੜਾ ਉੱਪਰ ਨੋਟਸ ਦਿੱਤਾ ਹੋਇਆ ਠੀਕ ਹੈ ਇਹ ਚੀਜ਼ ਵੀ ਧਿਆਨ ਰੱਖਿਓ ਯੂ ਹੈਵ ਟੂ ਰਾਈਟ ਐਨ ਅਪਲੀਕੇਸ਼ਨ ਟੂ ਦਾ ਪ੍ਰਿੰਸੀਪਲ ਆਫ ਯਰ ਸਕੂਲ ਆਸਕਿੰਗ ਹਿਮ অর ਹਰ ਫਾਰ ਅ ਸਕੂਲ ਲਿਵਿੰਗ ਸਰਟੀਫਿਕੇਟ ਹੁਣ ਤੁਸੀਂ ਪ੍ਰਿੰਸੀਪਲ ਨੂੰ ਲੈਟਰ ਲਿਖ ਰਹੇ ਹੋ ਅਪਲੀਕੇਸ਼ਨ ਸੌਰੀ ਸਕੂਲ ਲਿਵਿੰਗ ਸਰਟੀਫਿਕੇਟ ਮੰਗ ਰਹੇ ਹਾਂ ਲਓ ਜੀ ਇਹਦੇ ਨਾਲ ਰਿਲੇਟਡ ਕਿਹੜੀ ਕੁਐਸ਼ਨਸ ਆਉਣਗੇ ਵਟ ਵੁੱਡ ਬੀ ਦਾ ਮੋਸਟ ਸੂਟੇਬਲ ਬਿਗਨਿੰਗ ਫਾਰ ਦਾ ਅਪਲੀਕੇਸ਼ਨ ਸਾਰਿਆਂ ਨੂੰ ਸੂਟੇਬਲ ਬਿਗਨਿੰਗ ਕਿਹੜੀ ਹੋਊਗੀ ਆਈ ਏਮ ਵੈਰੀ ਹੈਪੀ ਟੂ ਲੀਵ ਦਾ ਸਕੂਲ ਨੋ ਆਈ ਸ਼ਲ ਬੀ ਦਾ ਰਿਥੈਂਕਫੁਲ ਟੂ ਯੂ ਅੰਦਰ ਤੇ ਲਿਖਦੇ ਹੁੰਨੇ ਆ ਪਲੀਜ਼ ਗਿਵ ਮੀ ਮਾਈ ਸਕੂਲ ਲਿਵਿੰਗ ਸਰਟੀਫਿਕੇਟ ਮੇਰਾ ਕਿਰਪਾ ਕਰਕੇ ਸਿੱਧੇ ਆਪਾਂ ਠਾ ਛੋਟਾ ਮਾਰਦੇ ਆ ਵੀ ਮੈਨੂੰ ਪਹਿਲਾਂ ਸਰਟੀਫਿਕੇਟ ਦੇ ਦਿਓ ਨੋ ਸਕੂਲ ਦੇ ਵਿੱਚ ਕਿੰਨੇ ਸਟੂਡੈਂਟ ਨੇ ਤੋ ਪ੍ਰਿੰਸੀਪਲ ਨੂੰ ਕੀ ਪਤਾ ਤੁਸੀਂ ਕੌਣ ਹੋ ਹਨ ਤੁਸੀਂ ਕਿਹੜੀ ਕਲਾਸ ਚ ਪੜ੍ਹਦੇ ਹੋ ਉਸ ਤੋਂ ਤੁਸੀਂ ਆਪਣਾ ਕਲਾਸ ਰੋਲ ਨੰਬਰ ਵਗੈਰਾ ਦੱਸੋਗੇ ਪਹਿਲਾਂ ਸੋ ਆਈ ਐਮ ਅ ਸਟੂਡੈਂਟ ਆਫ ਕਲਾਸ 8th ਆਫ ਯੂਅਰ ਸਕੂਲ ਇਹ ਵੈਸਟ ਓਪਨਿੰਗ ਹੋਊਗੀ ਵਟਾ ਲੈਟਰ ਦੀ ਕੋਈ ਵੀ ਐਪਲੀਕੇਸ਼ਨ ਆਉਂਦੀ ਹੈ ਤਾਂ ਫਿਰ ਇਹੀ ਹੁੰਦੀ ਹੈ ਓਪਨਿੰਗ ਓਕੇ ਨੈਕਸਟ ਵਟ ਕੈਨ ਬੀ ਰਿਟਨ ਐਸ ਅ ਰੀਜ਼ਨ ਫਾਰ ਰਿਕਵੈਸਟਿੰਗ ਅ ਸਕੂਲ ਲੀਵਿੰਗ ਸਰਟੀਫਿਕੇਟ ਹੁਣ ਸਕੂਲ ਲੀਵਿੰਗ ਸਰਟੀਫਿਕੇਟ ਲਈ ਰੀਜ਼ਨ ਦੇਣਾ ਕਿਉਂ ਮੰਗ ਰਹੇ ਹਾਂ ਮਾਈ ਸਿਸਟਰ ਇਜ਼ ਆਲਸੋ ਸਟੱਡਿੰਗ ਇਨ ਦ ਸਕੂਲ ਮੇਰੀ ਭੈਣ ਵੀ ਇੱਥੇ ਵੱਢਦੀ ਅਸਲੀ ਮੰਗਦਾ ਆਈ ਡੋਨਟ ਲਾਈਕ ਦ ਕਲਰ ਆਫ ਦ ਬਾਲਸ ਇਨ ਦ ਸਕੂਲ ਮੈਨੂੰ ਕੰਨਾਂ ਦਾ ਰੰਗ ਹੀ ਨਹੀਂ ਪਸੰਦ ਲੋ ਇਸ ਲਈ ਮੈਂ ਸਕੂਲ ਦਾ ਸਰਟੀਫਿਕੇਟ ਮੰਗ ਰਿਹਾ ਆਈ ਲਵ ਦਿਸ ਸਕੂਲ ਅਲਟ ਮੈਂ ਸਕੂਲ ਨੂੰ ਬਹੁਤ ਪਿਆਰ ਕਰਦਾ ਜੇ ਪਿਆਰ ਕਰਦਾ ਫਿਰ ਛੱਡ ਕੇ ਕਿਉਂ ਜਾਣਾ ਸੋ ਉੱਥੇ ਕੋਈ ਰੀਜ਼ਨ ਦੇਣਾ ਆਪਾਂ ਸੋਲਿਡ ਜਿਹਦੇ ਤੇ ਸਾਨੂੰ ਸਰਟੀਫਿਕੇਟ ਪ੍ਰਾਪਤ ਹੋ ਜਾਵੇ ਮਾਈ ਫਾਦਰ ਹੈਜ਼ ਬੀਨ ਟ੍ਰਾਂਸਫਰਡ ਟੂ ਐਨ ਅਦਰ ਸਿਟੀ ਮੇਰੇ ਪਿਤਾ ਜੀ ਦਾ ਤਬਾਦਲਾ ਹੋ ਗਿਆ ਹੋਰ ਸ਼ਹਿਰ ਦੇ ਵਿੱਚ ਤਾਂ ਮਿਲੂ ਸਾਨੂੰ ਵੀ ਮੈਂ ਉੱਥੇ ਵੜਨ ਲੱਗਣਾ ਹਾਂ ਸੋ ਡੀ ਆਪਸ਼ਨ ਚੂਜ਼ ਕਰਾਂਗੇ how would you close the application application close ਕਿਦਾਂ ਕਰੋਗੇ yours lovingly yours truly no yours obediently ਜਦੋਂ ਵੀ ਪ੍ਰਿੰਸੀਪਲ ਨੂੰ ਲਿਖਦੇ ਆ ਤਾਂ ਯੂਅਰਜ਼ ਓਬੀਡੀਐਂਟਲੀ ਨਾਲ ਆਪਾਂ ক্লোਜ਼ ਕਰਦੇ ਆ ਲੋਜੀ ਹੋ ਗਿਆ ਸੈਟ ਡੀ ਆ ਗਿਆ ਰੀਡ ਦਾ ਸੈਂਟੈਂਸ गिवन ਬਿਲੋ ਐਂਡ ਸਟੇਟ ਵਿਚ ਟਾਈਪ ਆਫ ਸੈਂਟੈਂਸ ਇਟ ਇਜ਼ ਕਿਹੜੀ ਟਾਈਪ ਦਾ డు ਯੂ ਪਲੇ ਮਾਗਰ ਕੀ ਲੱਗਿਆ ਸਾਈਨ ਆਫ ਅੰਟੈਰੋਗੇਸ਼ਨ ਸੋ ਤਾਂ ਪਤਾ ਹੀ ਹੈ ਅੰਟੈਰੋਗੇਟਿਵ ਸੈਂਟੈਂਸ ਆ ਇਹਨਾਂ ਤਾਂ ਤੁਹਾਨੂੰ ਮੈਨੂੰ ਪਤਾ ਵੀ ਪਤਾ ਹੈ ਬਿਚ ਆਫ ਦਾ ਫੋਲੋਇੰਗ ਵਰਡ ਇਸ ਪ੍ਰੋਨਾਉਨ ਲਓ ਜੀ ਇਹਨਾਂ ਦੇ ਵਿੱਚੋਂ ਪ੍ਰੋਨਾਉਨ ਕਿਹੜਾ ਡੌਗ ਤਾਂ ਨਾਉਨ ਆ ਆਰ ਤਾਂ ਹੈਲਪਿੰਗ ਵਰਬ ਆ ਬਸ ਸ਼ੁੱਡ ਬੀ ਸੋ ਬੀ ਬਚਦਾ ਬੀ ਆ ਜਿਹੜਾ ਉਹ ਪ੍ਰੋਨਾਉਨ ਆ ਬੇਟਾ ਫਿਲ ਇਨ ਦਾ ਬਲੈਂਕ ਸੂਟੇਬਲ ਡਿਟਰਮੀਨਰ ਇਟ ਵਾਸ ਡੈਸ਼ ਡਿਊਰਿੰਗ ਆਈਡੀਆ ਸੋ ਇੱਥੇ ਵੀ ਆ ਡਿਊਰਿੰਗ ਆਈਡੀਆ ਕੀ ਆਈਡੀਆ ਦੀ ਗੱਲ ਹੋ ਰਹੀ ਹੈ ਸੋ ਏ ਆਊਗਾ ਆਇਡੈਂਟੀਫਾਈ ਦਾ ਵਰਬ ਇਨ ਦਾ ਸੈਂਟੈਂਸ ਵਰਬ ਆਇਡੈਂਟੀਫਾਈ ਕਰਨਾ ਸ਼ੀ ਹੈਜ਼ ਲੌਸਟ ਆਰ ਵੈਗ ਸ਼ੀ ਸਬਜੈਕਟ ਹਾਸ ਹੈਲਪਿੰਗ ਵਰਬ ਆ ਉਦੋਂ ਬਾਅਦ ਵਰਬ ਹੁੰਦਾ ਲੌਸਟ ਸੋ ਸੀ ਆਨਸਰ ਵਿਚ ਆਫ ਦਾ ਫੋਲੋਇੰਗ ਇਜ਼ ਆ ਕੰਪੈਰੀਟਿਵ ਡਿਗਰੀ ਆਫ ਬਿਗ ਬਿਗ ਦੀ ਦੂਜੀ ਡਿਗਰੀ ਕੀ ਬਣਗੀ ਬਿਗਗਰ ਇਹ ਵਾਲੀ ਸੋ ਬੀ ਚੂਜ਼ ਕਰੋ ਫਿਲ ਇਨ ਦਾ ਬਲੈਂਕਸ ਵਿਦ ਦਾ ਐਪਰੋਪਰੀਏਟ ਡਿਗਰੀ ਆਫ ਐਡਜੈਕਟਿਵ ਦਾ ਲੱਗ ਗਿਆ ਹੋਇਆ ਲਓ ਜੀ ਸੋ ਅੱਖਾਂ ਬੰਦ ਕਰਕੇ ਈਐਸਟੀ ਵਾਲੀ ਲੱਭੋ ਕਿਹੜੀ ਡਿਗਰੀ ਆਉਣੀ ਹੈ ਵੈਸਟ ਆ ਲਓ ਜੀ ਇਹ ਚੂਸ ਕਰ ਲਿਆ ਨੈਕਸਟ ਵਨ ਇਸ ਗੁੱਡ ਐਕਸਰਸਾਈਜ਼ ਨੌਨ ਫਾਈਨਾਈਟ ਪਰ ਨਾ 스ਵਿਮਿੰਗ ਜਦੋਂ ਵੀ ਸਟਾਰਟਿੰਗ ਤੇ ਆਉਂਦਾ ਹੁੰਦਾ ਮੋਸਟਲੀ ਇੰਗ ਵਾਲਾ ਹੀ ਹੁੰਦਾ 스ਵਿਮਿੰਗ ਸੋ ਇੱਥੇ ਸੀ ਆਪਸ਼ਨ ਚੂਸ ਕਰੋ ਜੋ ਸਕੂਲ ਇਜ਼ ਆਰਗੇਨਾਈਜ਼ਿੰਗ ਅ ਟ੍ਰਿਪ ਟੂ ਡੈਲੀ ਐਂਡ ਆਗਰਾ ਇਹ ਪਹਿਲਾਂ ਵੀ ਆ ਗਿਆ ਉੱਪਰ ਯੂਅਰ ਸੈਕਟਰੀ ਆਫ ਦਿਸ ਟੂ ਆਰ ਆਰਗੇਨਾਈਜ਼ਿੰਗ ਕਮੇਟੀ ਦੇਖੋ ਹੁਣ ਕੀ ਹੈ ਇਹਦੇ ਨਾਲ ਰਿਲੇਟਿਡ ਕੁਐਸ਼ਨਸ ਚੂਸ ਦਾ ਸੂਟੇਬਲ ਹੈਡਿੰਗ heading kiya tour to to delhi and agra a option who is organizing a tour kon kar rha school kar rha so school choose karo you have to write an application to the principal of your school asking exemption from examination so dekho ne ki itthe on dobare question puchya gaya opening puchhi gayi a assi badi bari kar liya so i am a student of class 8th in your school complete the sentence i want exemption because ਬਿਕਾਉਜ਼ ਕਿਉਂ ਉਹ ਲਓ ਇੱਥੇ ਹੁਣ ਹੋਰ ਦਿੱਤੇ ਹੋਏ ਨੇ ਦੇਖੋ ਕਿੰਨੇ ਸੋਹਣੇ ਨੇ ਹਨਾ ਉਹਨਾਂ ਨੇ ਜਿਹੜੇ ਆਪਸ਼ਨਸ ਦਿੱਤੇ ਮਾਈ ਫਰੈਂਡਸ ਡੂ ਨਾਟ ਵਾਂਟ ਟੂ ਟੇਕ ਐਗਜ਼ਾਮ ਮੇਰੇ ਦੋਸਤ ਨਹੀਂ ਐਗਜ਼ਾਮ ਦੇਣਾ ਚਾਹੁੰਦੇ ਇਸ ਲਈ ਮੈਨੂੰ ਵੀ ਛੋਟ ਦਿੱਤੀ ਜਾਵੇ ਸਕੂਲ ਡਸ ਨਾਟ ਲੈਟ ਮੀ ਚੀਟ ਇਨ ਐਗਜ਼ਾਮ ਸਕੂਲ ਲੈ ਮੈਂ ਤਾਂ ਚੀਟ ਹੀ ਨਹੀਂ ਕਰਦੇਣਾ ਐਗਜ਼ਾਮ ਸੋ ਇਸ ਲਈ ਮੈਨੂੰ ਛੋਟ ਦਿੱਤੀ ਜਾਵੇ ਮਾਈ ਸਿਸਟਰਜ਼ ਵੈਡਿੰਗ ਫਾਲਿੰਗ ਔਨ ਦ ਸੇਮ ਡੇ ਹਾਂ ਇਹ ਆਪਸ਼ਨ ਮੰਨੀ ਜਾ ਸਕਦੀ ਹੈ ਕਿ ਮੇਰੇ ਭੈਣ ਦਾ ਵਿਆਹ ਹੈ ਉਸੇ ਦਿਨ ਇਸ ਲਈ ਮੈਨੂੰ ਪੇਪਰਾਂ ਤੋਂ ਛੋਟ ਦਿੱਤੀ ਜਾਵੇ last one okay you would how would you conclude the application ਤੁਸੀਂ ਕਿਵੇਂ ਕਲੋਸ ਕਰੋਗੇ ਐਪਲੀਕੇਸ਼ਨ ਨੂੰ you was obediently ਲਿਖ ਕੇ so option c is the right answer ਲੋਜੀ ਬੇਟਾ ਜੀ ਇਹ ਅਸੀਂ ਕਰ ਲਿਆ ਸੋਲਵ so thanks rajni sodi ma'am ਜਿਨ੍ਹਾਂ ਨੇ ਇਹ ਸਾਰੀ ਪ੍ਰੇਫਰ ਕੀਤੀ ਆ ਸਾਡੇ ਲਈ ਸੈਟ ਸਾਰੇ ਸੋ ਆਪਾਂ ਸਾਰੇ ਬੜੀ ਚੰਗੀ ਤਰੀਕੇ ਨਾਲ ਤਿਆਰ ਕਰ ਲੇ ਤਿਆਰੀ ਪੁੱਤ ਚੰਗੇ ਤਰੀਕੇ ਨਾਲ ਕਰ ਲੋ ਤਾਂ ਕਿ ਜਦੋਂ ਪੇਪਰ ਆਵੇ ਤੁਹਾਡੇ ਚਿਹਰੇ ਤੇ ਬੱਡੀ ਸਾਰੀ ਸਮਾਈਲ ਹੋਵੇ ਠੀਕ ਹੈ ਬਸ ਉਹ ਸਮਾਈਲ ਦੇਖਣ ਲਈ ਮਿਹਨਤ ਕਰ ਰਹੀ ਹਾਂ ਮੈਨੂੰ ਉਮੀਦ ਆ ਤੁਸੀਂ ਬਹੁਤ ਵਧੀਆ ਪੇਪਰ ਕਰਕੇ ਆਵੋਗੇ ਸੋ ਵੈਸਟ ਆਫ ਲੱਕ ਫॉर ਯੂਅਰ ਐਗਜ਼ਾਮਸ ਤੇ ਮੈਂ ਕੋਸ਼ਿਸ਼ ਕਰਾਂਗੀ ਅਗਰ ਕੋਈ ਹੋਰ ਮੇਰੇ ਕੋਲ ਮਟੀਰੀਅਲ ਅਵੇਲੇਬਲ ਆ ਤਾਂ ਉਹ ਵੀ ਤੁਹਾਨੂੰ ਮੈਂ ਸ਼ਾਮ ਤੱਕ ਅੱਜ ਪ੍ਰੋਵਾਈਡ ਕਰਵਾ ਦੇਾਂਗੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਸ਼ੇਅਰ ਕਰਨਾ ਚੈਨਲ ਨੂੰ ਲਾਈਕ ਐਂਡ ਸਪੋਰਟ ਕਰਨਾ ਬਾਏ ਬਾਏ